आज की हो गया यार। ओए अब उठे ਐ ਮੈਂ ਪੁੱਛ ਸਕਦਾ ਹੈ ਚੀਜ਼ਾਂ ਕੀ ਤੇ ਆ ਕੀ ਇਸ ਘਰ ਚ ਇਹ ਹਾਂ ਹਾਂ ਕੁਝ ਵੀ ਨਹੀਂ ਇੱਥੇ ਕੁਛ ਨਾ ਕੁਛ ਤੇ ਹੋਇਆ ਆ ਨਾ ਅਸੀਂ ਸੋਚਿਆ ਵੀ ਕਾਰੋਬਾਰ ਕਰੀਏ ਘਡੇਰੀਆਂ ਲਾਉਣ ਲੱਗੇ ਆ ਜਾਲੀ ਜਾਈ ਤੇ ਐਸੀ ਉਹ ਕਰ ਰਹੇ ਭਾਈ ਆ ਫੁੱਲ ਫੁੱਲ ਵੀ ਸਾਡਾ ਪਰ ਜਾਲੀ ਤੇ ਫੁੱਟੇ ਦੁੱਧ ਹੀ ਬਹੁਤ ਆਉਂਦਾ ਹੀ ਆ ਇਹ ਵੀ ਮਿਲਾ ਦਾ ਤੁਹਾਡੀ ਅੰਮੀ ਦਾ ਹੀ ਆ ਨਹੀਂ ਅੰਮੀ ਕਿੱਥੋਂ ਆ ਗਈ ਇਹ ਕੋਈ ਨਹੀਂ ਭਾਈ ਤੁਸੀਂ ਤਾਂ ਐਵੇਂ ਫਿਕਰ ਕਰਨ ਦੇ ਹੋ ਉਹ ਕਰ ਦੋ ਜਿਹੜਾ ਕੋ ਮਹਿਮਾਨ ਇਹ ਕੀ ਇਹ ਅੰਗੂਠੀ ਕਿੱਥੋਂ ਆਈ ਇਹ ਅੰਗੂਠੀ ਕਿੱਥੋਂ ਆਈ ਹੈ ਹਾਂ ਇੱਥੇ ਦੀ ਕਹਿਣ ਦਾ ਬਸ ਠੀਕ ਹੈ ਮੇਰੀ ਹੈ ਕਹਿਣ ਦਾ ਮਤਲਬ ਇਹ ਹੈ ਕਿ ਬੀਬੀ ਹੋਰੀ ਜਿਹਨਾਂ ਨੂੰ ਆਪਾਂ ਲੈਣ ਜਾ ਰਹੇ ਸੀ 에어ਪੋਰਟ ਤੋਂ ਹਾਂ ਉਹਨਾਂ ਦਫ਼ਤਰ ਗਏ ਨੇ ਆਪਣੀ ਕੋਠੀ ਗਏ ਨੇ ਫਿਰ ਉਹ ਸਿੱਧੇ ਇਸ ਘਰ ਚ ਆ ਰਹੇ ਨੇ ਪਰ ਮੈਨੂੰ ਸਮਝ ਨਹੀਂ ਆ ਰਹੀ ਉੱਥੇ ਕੀ ਲੈਣ ਆ ਰਹੇ ਖੁਦਾ ਦਾ ਵਾਸਤਾ ਮੇਰੀ ਨੌਕਰੀ ਦਾ ਮਸਲਾ ਆਪਣੀ ਜ਼ੁਬਾਨ ਮੂੰਹ ਤੇ ਰੱਖਣੀ ਆ ਤੇ ਖਾਸ ਤੌਰ ਤੇ ਤੇਰਾ ਜਿਹੜਾ ਅੱਬਾ ਹੈ ਹਾਂ ਜੀ ਉਹਨੂੰ ਕਹਿਣਾ ਤੂੰ ਬਾਹਰ ਆ ਵੇ ਨਹੀਂ ਨਹੀਂ ਉਹਨੂੰ ਪਤਾ ਲੱਗਣਾ ਚਾਹੀਦਾ ਗਰੀਬ ਦੂਰ ਨੇ ਪਰ ਲੇਕਿਨ ਬਹੁਤ ਹੀ ਸਮਝਦਾਰ ਲੋਕ ਨੇ ਹੋਰ ਮੈਂ ਚਨੋੜ ਦਾ ਰੱਖਿਆ ਕਰਾਤਾ ਤੇ ਜਾਣ ਜਾਣ ਦਾ ਉਹ ਦੋ ਤਿੰਨ ਦਿਨ ਉੱਥੇ ਹੀ ਆ ਕਿਉਂਕਿ ਪੈਸੇ ਹੈ ਨਹੀਂ ਉਹਦੇ ਕੋਲ ਬਹੁਤ ਅੱਛਾ ਕੀਤਾ ਅੱਛਾ ਤੇ ਸਿੱਧੀ ਕਰ ਇਹ ਜੋ ਮਰਜ਼ੀ ਕਰ ਲੈ ਨਹੀਂ ਸਿੱਧੀ ਹੋ ਜੀ ਵੀਰੇ ਔਰਤ ਜ਼ਾਤ ਹੈਗੀ ਆ ਰਹੀ ਹੈ ਜਾਂ ਤਾਂ ਸਹੀ ਕਰ ਫਿਰ ਰੰਗੀਨ ਮੰਗਵਾ ਲਾ ਆ ਚਿੱਟੇ ਆ ਫੜੇ ਜਾ ਇਹੋ ਕਹਿਣਗੇ ਕਿ ਯਾਰ ਕਿਤੇ ਗੰਦੇ ਬੰਦੇ ਲੋਕ ਨੇ ਤੈਨੂੰ ਕਹਿ ਰਿਹਾ ਰੰਗੀਨ ਮੰਗਾ ਲਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇੱਥੇ ਸਾਫ਼ ਸੁਥਰੇ ਲੋਕ ਨੇ ਯਾਰ ਤੂੰ ਇਹਦਾ ਘਰ ਸਰਾਣਾ ਲਿਆ ਕੇ ਰੱਖ ਤੇ ਸਰਾਣਾ ਸਹੀ ਜਗ੍ਹਾ ਤੇ ਰੱਖੀ ਫਿਰ ਸੈਂਟਰ 'ਚ ਰੱਖਦੇ ਆ ਮੁਕੜੀ ਕਦੋਂ ਸੈਂਟਰ 'ਚ ਸਹੀ ਹੁੰਦਾ ਚਲੋ ਨਾ ਰੱਖੋ ਇੱਕ ਪਾਲਾ ਸਾਪਣੀ ਬੰਦ ਕਰ ਤੇ ਜ਼ਲੀਲ ਕਰਦਾ ਨਹੀਂ ਨਾ ਤੁਸੀਂ ਬੇਫਿਕਰ ਹੋ ਜਾ ਅਸੀਂ ਤੁਹਾਡੀ ਖਿਦਮਤ ਕਰਾਂਗੇ ਭਾਜੀ ਤੂੰ ਉਹਨੂੰ ਪਤਾ ਲੱਗਣਾ ਚਾਹੀਦਾ ਸਮਝਦਾਰ ਲੋਕ ਨੇ ਬਾਦਸ਼ਾਹੂ ਲੋਕ ਨੇ ਅੱਛਾ ਮੈਂ ਉਹਨੂੰ ਬਾਤ ਦੇਵਾਂ ਉਹ ਦੇਖ ਦੇਖ ਲਓ ਬੀਬੀ ਜੀ ਮੈਂ ਵੀ ਕਹਾ ਜੀ ਮੁਝੇ ਵੀ ਬੁਲਾ ਲੋ ਆ ਜਾ ਥੈਂਕ ਯੂ ਇਹ ਬਾਹਰਲੇ ਮੁਲਕ ਚੋਂ ਆਏ ਨੇ ਆਹਾ ਹਾਂ ਦੁੱਧ ਪੀਤੇ ਨੇ ਕੱਚੇ ਵਾਹ ਵਾਹ ਇਹ ਕਿਹੜਾ ਮੁਲਕ ਹੈ ਜਿੱਥੇ ਹਜੇ ਵੀ ਦੁੱਧ ਪੀਤੇ ਨੇ ਕੱਚੇ ਯੂਕੇ ਯੂਕੇ ਅੱਛਾ ਯੂਕੇ ਬਾਈ ਦਾ ਵੀ ਆਪ ਕੌਣ ਹੈ ਮੈਂ ਇੱਥੇ 18ਵੇਂ ਗ੍ਰੇਡ ਦਾ ਸਾਲਾ ਲਗਾ ਆਪ ਕੌਣ ਹੈ ਆਪ ਸ਼ੀਲਾ ਚੌਧਰੀ ਹੈ ਯੈਸ ਮੁਸਮਰੇ ਕੌਣ ਮੈਂ ਪਤੀਲਾ ਚੌਧਰੀ ਵੈਰੀ ਸੌਰੀ ਮੈਂ ਤੈਨੂੰ ਕੀ ਕਿਹਾ ਸੀ ਹਾਂ ਮੈਂ ਤੈਨੂੰ ਸਮਝ ਨਹੀਂ ਲੱਗੀ ਆ ਲੱਗੀ ਆ ਤੇਰੀ ਮਿਹਰਬਾਨੀ ਪਲੀਜ਼ ਪਲੀਜ਼ ਨਾਟ ਫॉर ਐਕਚੁਅਲੀ ਇਹ ਇੱਜ਼ਤ ਦਾ ਮਸਲਾ ਆਈ ਲਾਈਕ ਦਾ ਮਸਲਾ ਆਈ ਲਾਈਕ ਯੂ ਆਟੋਮੈਟਿਕ ਕਲੈਕਸ਼ਨ ਹੈ ਬਾਈ ਬੇ ਫਿਕਰ ਹੋ ਜਾ ਵੈਸੇ ਮੈਂ ਬੈਠ ਸਕਦੀ ਹਾਂ ਹਾਂ ਪਲੀਜ਼ ਪਲੀਜ਼ ਹੈ ਹੈ ਬੈਠ ਬੈਠ ਪਲੀਜ਼ ਹੈ ਹੈ ਵੇ ਫਟਾ ਇਹ ਸਾਰਾ ਕੁਝ ਆਪ ਨੂੰ ਓ ਮਾ ਓ ਵੇ ਤੁਸੀਂ ਮੇਰਾ ਨਾਂ ਲਈ ਤਾਂ ਕਹਿਣ ਡਿਆ ਪੈਸੇ ਦੇ ਮੈਂ ਉੱਥੇ 50 ਬੰਦਿਆਂ ਦੇ ਨਾਲ ਆਇਆ ਕਿਸੇ ਦੇ ਬਾਰੇ ਵੀ ਨਹੀਂ ਮੰਨ ਲੈਂਦੇ ਮਹਿਮਾਨ ਬੈਠੇ ਨੇ ਤੇ ਮਹਿਮਾਨ ਆ ਤੇ ਕੋਈ ਨਹੀਂ ਕੌਣ ਸੀ ਲੈ ਗਈ ਆਪ ਇਹ ਸਬਸਕ੍ਰਾਈਬ ਤੇ ਕੋ ਜਿਹੜੀ ਮਰਜ਼ੀ ਹੈ ਲੇਕਿਨ ਪੈਸੇ ਲੈਣੇ ਕਿਹੜੀ ਮਰਜ਼ੀ ਮੰਗਾ ਲੈ ਪੈਸੇ ਲੈ ਮੇਰਾ ਨਾਂ ਨਹੀਂ ਤੇ ਮੈਂ ਕਹਿੰਦਾ ਤਾਂ ਹੀ ਕਹਿੰਦਾ ਪੈਸੇ ਦੇ ਦੇ ਜਲਦੀ ਕਰੇ ਨਾ ਪਿਆਸ ਜਲਦੀ ਕਰੋ ਜਲਦੀ ਕਰੋ ਪਲੀਜ਼ ਜੇ ਕੋਈ ਬਸ ਆ ਰਹੀ ਹੈ ਮੇਰੇ ਕੋ ਨਹੀਂ ਉਹਨਾਂ ਦੀ ਪਿਆਸ ਦੇਖੀ ਜਾਣ ਦੀ ਫਿਰ ਤੁਸੀਂ ਨਾ ਯੇ ਲੋ ਜਲਦੀ ਆਓ ਜੀ ਹਲੋ ਹਾਂਜੀ ਕਿੰਨੀ ਕੁ ਦੇਰ ਹੋ ਗਈ ਬੋਤਲ ਪੀਤੇ ਨੂੰ ਮੈਂ 20 ਰੁਪਏ ਦੇਣ ਦਿਆ ਮਾਮਾ 25 ਰੁਪਏ ਦਾ 25 ਦੀ ਆ ਪਰਾਣਾ ਕੀ ਸੋਚਦਾ ਹੋਊ ਮੇਰੇ ਬਾਰੇ ਚੱਲ ਤੈਨੂੰ ਆਪਣੀ ਖਿਆਲ ਦਾ ਤੈਨੂੰ ਇੱਜ਼ਤ ਤਾਂ ਨਹੀਂ ਕਮ ਸੇ ਕਮ ਮੇਰਾ ਤਾਂ ਸੋਚ ਹਾਲਾਤ ਬਦਲ ਗਏ ਨੇ ਮੈਂ ਤੇ ਇਸ ਗੁਰਬਤ ਤੋਂ ਤੰਗ ਆ ਕੇ ਮੇਰਾ ਤੇ ਕਦੀ ਕਿਤੇ ਦਿਲ ਕਰਦਾ ਮੈਂ ਖੁਦ ਖੁਸ਼ੀ ਕਰ ਲਵਾਂ ਹੁਣ ਕੀ ਹੈ
20 ਰੁਪਏ ਹੋਰ ਦੇ ਉਹ ਕਹਦੇ 50 ਦੀ ਉਹ ਕਹਿੰਦਾ ਤੁਸੀਂ ਖਾਲੀ ਨਹੀਂ ਦੇ ਕੇ ਜਾਂਦੇ ਆਪਣੀ ਕੋਠੀ ਗਏ ਮਤਲਬ ਕਿਉਂ ਆ ਗਏ ਤੁਸੀਂ ਪਤਾ ਮੈਂ ਤੁਮਸੇ ਕਿਤਨਾ ਪਿਆਰ ਕਰਤੀ ਹੂੰ ਮੇਰੇ ਨਾ ਕਿਉਂ ਮਜ਼ਾਕ ਕਰ ਰਹੇ ਹੋ ਬੀਬੀ ਜੀ ਮੈਂ ਸੱਚ ਕਹਿ ਰਹੀ ਹੂੰ ਪਰ ਮੈਂ ਤਾਂ ਸ਼ਾਦੀ ਸ਼ੁਦਾ ਹਾਂ ਤੁਮੇ ਮੈਰਿਜ ਕਰ ਲੂੰਗੀ ਨਾ ਬੀਬੀ ਜੀ ਜੀ ਤੁਸੀਂ ਤਾਂ ਮੈਨੇਜ ਕਰ ਲੋਗੇ ਮੇਰੇ ਪੱਠਿਆਂ ਨੂੰ ਖਿੱਚ ਪੈਂਦੀ ਬੋਤਲ ਵੀ ਇੱਕ ਨੰਬਰ ਨਹੀਂ ਹੋਤੀ ਨਾ ਤੋ ਮੈਂ ਚਾਹਤਾ ਹੂੰ ਆਪ ਜ਼ਿਆਦਾ ਪੀਣੀ ਨਹੀਂ ਚਾਹੀਏ ਤੋ ਆਪ ਪਲੀਜ਼ ਆਪ ਐਸਾ ਕਰੇ ਸਿਰਫ ਇਤਨੀ ਸੀ ਲੈ ਲੇ ਥੋੜੀ ਸੀ ਪਿਆਸ ਜੋ ਹੈ ਨਾ ਵੋ ਲੈ ਕੀ ਮਤਲਬ ਇਤਨੀ ਸੀ ਲੈ ਲੇ ਬਸ ਇੰਨੀ ਜੇ ਲੈਣੀ ਆ ਤਾਂ ਪਿੱਛੇ ਰਹਿ ਕਿਹੜੀ ਗਈ ਯਾਰ ਇਹ ਮੇਰੇ ਸੇ ਮਾਰ ਖਾ ਲੇ ਆ ਬੈਠ ਇੱਕ ਮੈਂ ਬੀਬੀ ਜੀ ਮੈਂ ਸਮਝ ਗਿਆ ਕੋਈ ਗੱਲ ਨਹੀਂ 17 ਰੁਪਏ ਬਣਾ ਲੈ ਉਹਨੂੰ ਨਹੀਂ ਜਾਣੇ ਤੂੰ ਇਦਾਂ ਕਰ ਅਗਲੇ ਹਫਤੇ ਮੇਰੇ ਕੋਲ 20 ਰੁਪਏ ਲੈ ਲਈ ਦੇਦਾਂਗੇ ਅਸੀਂ ਭੈਣ ਦਿੱਤੀ ਪਾ ਚੱਲੇ ਬਸ ਬੀਬੀ ਜੀ ਮੁਝੇ ਨਾ ਦਿਖਾਓ ਸਮਝ ਆਈ ਰਾਜਾ ਰਾਜਾ ਖਾਂਦੇ ਬਿੱਲੀਆਂ ਬਿੱਲੀਆਂ ਝੱਕ ਗਏ ਬੀਬੀ ਜੀ ਇਸੇ ਵਿਆਹ ਤਾਂ ਮੇਰੇ ਬੱਚੇ ਲੇਟ ਆ ਅਸਲਾ ਤੂੰ ਐਵੇਂ ਕਹੀ ਜਾਣੇ ਦੋ ਨੰਬਰ ਟੋਪੀ ਵਾਲਾ ਮੁਸਲਮਾਨ ਹੁੰਦਾ ਨਹੀਂ ਨਹੀਂ ਮੁਸਲਮਾਨ ਕਿਹੜਾ ਮਰਜ਼ੀ ਖਾ ਸਕਦਾ ਇਹ ਗੱਲ ਨਹੀਂ ਹੈ ਟੋਪੀ ਵਾਲਾ ਜਿਹੜਾ ਮਰਜ਼ੀ ਲੈ ਲਵੇ ਮੈਂ ਲੈ ਕੇ ਆਤਾ ਹੂੰ ਤੂੰ ਚੱਲਣ ਵਾਲਾ ਹੀ ਲੈ ਕੇ ਆ ਜਾ ਹਾਂ ਚੱਲਣ ਵਾਲਾ ਮੇਰੇ ਇੰਤਜ਼ਾਰ ਕਰਨਾ ਮੈਂ ਲੈ ਕੇ ਆ ਬੀਬੀ ਜੀ ਬਸ ਇਹਨਾਂ ਹਰਕਤਾਂ ਤੋਂ ਮੇਰਾ ਤੇ ਕਦੇ ਕਦੇ ਦਿਲ ਕਰਦਾ ਮੈਂ ਕਿਸੇ ਨਹਿਰ 'ਚ ਛਾਲ ਮਾਰ ਕੇ ਮਰ ਜਾਵਾਂ ਬੀਬੀ ਜੀ ਕਿਉਂ ਐਸਾ ਕਹਿ ਰਹੇ ਹੋ ਤੂੰ ਮੈਂ ਕੀ ਦੱਸਾਂ ਬੀਬੀ ਜੀ ਗੁਰਬਤ ਦੇ ਹੱਥੋਂ ਕਈ ਦੁਨੀਆਂ ਦੇ ਉੱਤੇ ਖੁਦਕੁਸ਼ੀਆਂ ਹੁੰਦੀਆਂ ਵਾ ਤੇ ਉਹ ਮੇਰੇ ਵਰਗੇ ਜਵਾਨ ਹੀ ਕਰਦੇ ਨੇ ਬੀਬੀ ਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਹੂੰ ਨਾ ਤੁਸੀਂ ਤੇ ਹੈ ਜੇ ਪਰ ਲੇਕਿਨ ਇਹਨੇ ਨਹੀਂ ਮੰਨਣਾ
पैसे देकर इनका मुंह जो है बंद करवा दो। बीबी जी मेनू पता है कितने के पैसे दे लोगे, ये 2-2.5 लाख तो थले मनन वाले नहीं। हम ज्यादा ही दे देंगे ना। सच में? सच में बीबी जी, मैं इतना प्यार करते हो। बहुत ज्यादा। चलो फिर पिज्जा खाइए।